मीना बचपन की सोच दी सी सोचती मीना ने पूरा नाम रोशन किया है मेरा बचपन काफ़ी अच्छा रहा क्योंकि जो मैं सोचा सी माँ का रोल कि रहा पूरी जिंदगी तो अगर तुसी कुछ बनना आ सब तो बड़ी सपोर्ट ही थोड़ी तो माँ है मैं कॉलेज जाना सी और मेरे को फीस नहीं सी और सब तो वो सपोर्ट मेरी उस टाइम मेरी मम्मी बने ਮੇਰੇ ਮੰਮੀ ਨੇ ਕਿਸੇ ਕੋਲੋਂ ਫੜ ਕੇ ਮੈਨੂੰ ਫੀਸ ਲੈ ਕੇ ਦਿੱਤੀ ਸੀ ਔਰ ਉਹ ਮੈਨੂੰ ਯਾਦ ਸੀ ਕਿ ਅੱਜ ਲਾਸਟ ਟਾਈਮ ਮੇਰੀ ਮੰਮੀ ਨੇ ਕਿਸ ਤੋਂ ਪੈਸੇ ਮੰਗੇ ਉਸ ਤੋਂ ਬਾਅਦ ਮੈਂ ਲਾਈਫ ਚ ਕਦੀ ਪੈਸਾ ਨਹੀਂ ਮੰਗਣ ਦੇਣਾ ਪਿੰਡ ਤੋਂ ਨਿਕਲ ਕੇ ਨਾਮ ਕਮਾਉਣਾ ਬਹੁਤ ਆਪਣੇ ਆਪ 'ਚ ਇੱਕ ਕੰਦੇ ਇੱਕ ਬੈਂਚਮਾਰਕ ਸੈੱਟ ਕਰਨਾ ਆ ਹੈਨਾ ਉਸ ਵੇਲੇ ਕੀ ਕੁਝ ਹੁੰਦਾ ਸੀ ਉਸ ਟਾਈਮ ਮੇਰੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ ਔਰ ਘਰ ਦੇ ਵਿੱਚ ਉਸ ਟਾਈਮ ਰੋਟੀ ਵੀ ਨਹੀਂ ਸੀ ਖਾਣ ਨੂੰ ਤੇ ਬਹੁਤ ਜ਼ਿਆਦਾ ਚੈਲਿੰਜਿੰਗ ਸੀ ਹਰ ਚੀਜ਼ ਬਟ ਇਹ ਸਭ ਕੁਝ ਪੋਸੀਬਲ ਹੋ ਸਕਿਆ ਇੱਕ ਮੇਰੀ ਦ੍ਰਿੜ ਨਿਸ਼ਚੈ ਕਰਕੇ ਔਰ ਸੈਕਿੰਡ ਮੇਰੀ ਪੇਰੈਂਟਸ ਨੇ سپورਟ ਕਰਕੇ ਸੀ weight lifting ਦੇ ਵਿੱਚ ਬਹੁਤ ਮਨ ਕਮਾਇਆ ਮੇਰੇ ਮਾਮਾ ਜੀ ਉਹਨਾਂ ਦੇ ਨਾ ਪਿੰਡ ਦੇ ਵਿੱਚ ਮੇਲੇ ਹੋਇਆ ਕਰਦੇ ਸੀਗੇ ਤੇ ਉੱਥੇ ਲੜਕੀਆਂ weight ਚੱਕਦੀਆਂ ਹੁੰਦੀਆਂ ਸੀ ਉਹਨਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਸ਼ੌਂਕ ਜਾਗ ਗਿਆ ਕਿ ਮੈਂ ਵੀ ਇਹ ਗੇਮ ਕਰ ਸਕਦੀ ਹਾਂ ਜਦੋਂ ਜਾ ਕੇ ਅੰਦਰ weight ਚੱਕਿਆ ਪਹਿਲੇ ਦਿਨ ਹੀ ਮੈਂ 25 ਕਿਲੋ ਦਾ ਬਾਲਾ ਘੜ ਦਿੱਤਾ ਸੀਗਾ ਸੋ ਜਿਹੜੇ ਮੇਰੇ ਕੋਚ ਸੀਗੇ ਅਰਜੁਨ ਧੋਖੀ ਜੀ ਕੋਚ ਸੀਗੇ ਮੇਰੇ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਤੈਨੂੰ ਕੋਈ ਗੇਮ ਨਹੀਂ ਕਰਨ ਦੇਣੀ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਫਿਰ ਪਿੰਡਾਂ ਦੇ ਵਿੱਚ ਜਾ ਕੇ ਟ੍ਰੈਫਿਕ ਦੇ ਵਾਰੀ ਅਸੀਂ ਜਾਗਰੂਕ ਕਰਦੇ ਹਾਂ ਉਹਦੇ ਨਾਲ ਨਾਲ ਮੈਂ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਜਾਣ ਦੇ ਲਈ ਪੜ੍ਹਾਈ ਕਰਨ ਦੇ ਲਈ ਉਹ ਆਇਲਸ ਕਰਕੇ ਬਾਹਰ ਨਾ ਜਾਣ ਆਪਣੀ ਪੜ੍ਹਾਈ ਇੰਡੀਆ ਦੇ ਵਿੱਚ ਦੇਣ ਆਪਣੇ ਦੇਸ਼ ਨੂੰ ਦੇਣ ਇਹਦੇ ਲਈ ਔਰ ਡਰੱਗਸ ਨੂੰ ਰੋਕਣ ਦੇ ਲਈ ਇਹ ਸਾਰੇ ਸੈਮੀਨਾਰਸ ਕਰਦੀਆਂ ਬੱਚਿਆਂ ਨੂੰ ਸਮਝਾਉਂਦੀ। ਅਗਰ ਕੋਈ ਇਹ ਵੀ ਸੋਚਦਾ ਹੈ ਨਾ ਕਿ ਮੈਂ ਸਪੋਰਟਸ ਕੋਰਟੇ 'ਚ ਨੌਕਰੀ ਲੈਣੀ ਹੈ ਔਰ ਸਪੋਰਟਸ ਤਾਂ ਕਰਨੀ ਹੈ ਮੈਂ ਕਹਿੰਦੀ ਤਾਂ ਵੀ ਚੰਗਾ ਹੈ। ਹੂੰ। ਕਿਸੇ ਬਹਾਨੇ ਸਹੀ ਤੁਸੀਂ ਕੋਈ ਵੀ ਬਹਾਨਾ ਲਾਓ ਬਟ ਤੁਸੀਂ ਸਪੋਰਟ ਜ਼ਰੂਰ ਕਰੋ। ਕਾਫੀ ਲੋਕ ਕਹਿੰਦੇ ਹੁੰਦੇ ਸੀ ਪੰਜਾਬ ਪੁਲਿਸ ਲੜਕੀਆਂ ਲਈ ਨਹੀਂ ਬਣੀ ਬਟ ਮੈਂ ਕਹੂੰਗੀ ਬੜੇ ਪ੍ਰਾਊਡ ਨਾਲ ਇਹ ਚੀਜ਼ ਕਹੂੰਗੀ ਕਿ ਜਿੰਨਾ ਪ੍ਰਾਊਡ ਜਿੰਨੀ ਸਿਕਿਉਰਿਟੀ ਜਿੰਨਾ ਮਾਣ ਮੈਨੂੰ ਪੰਜਾਬ ਪੁਲਿਸ ਦੇ ਵਿੱਚ ਆ ਕੇ ਮਿਲਿਆ ਜੇ ਇਸ ਵਰਦੀ ਦੇ ਨਾਲ ਮਿਲਿਆ ਨਾ ਮੈਨੂੰ ਸ਼ਾਇਦ ਕਿਤੇ ਨਹੀਂ ਮਿਲਿਆ। ਜਾਂ ਫਿਰ ਮਿਲਣਾ ਨਹੀਂ ਸੀ ਜੇ ਵਰਦੀ ਨਾ ਹੋਵੇ। ਮੇਰੇ ਪਹਿਲੇ ਪੇਰੈਂਟਸ ਜਿਹਨਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ ਔਰ ਮੇਰੇ ਸੈਕੰਡ ਜਿਹੜੀ ਮੈਂ ਪੇਰੈਂਟਸ ਕਹਿੰਦੀ ਆ ਸਾਡੀ ਡਿਪਾਰਟਮੈਂਟ ਦੇ ਮੇਰੇ ਆਫੀਸਰਸ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਸਰਸ਼ਿਕਾਲ ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਸ਼ੋਭ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮੈਂ ਮਿਲਵਾਣ ਜਾ ਰਹੀ ਆ ਉਹ ਕਿਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਹੈ ਇਸ ਧੀ ਨੇ ਪੰਜਾਬ ਚ ਹੀ ਨਹੀਂ ਬਲਕਿ ਭਾਰਤ ਦਾ ਵੀ ਨਾਂ ਵਰਲਡ ਲੈਵਲ ਤੇ ਰੋਸ਼ਨ ਕੀਤਾ ਹੈ ਜੀ ਹਾਂ ਸ਼ਾਇਦ ਤੁਸੀਂ ਮੇਰੀ ਗੱਲਾਂ ਤੋਂ ਅੰਦਾਜ਼ਾ ਵੀ ਲਗਾ ਲਿਆ ਹੋਵੇਗਾ ਕਿ ਮੈਂ ਕਿਸ ਦੀ ਗੱਲ ਕਰ ਰਹੀ ਹਾਂ ਜੇਕਰ ਮੈਂ ਇਸ ਸ਼ਖਸੀਅਤ ਦੀ ਗੱਲ ਕਰਾਂ ਤਾਂ ਇੰਨੇ ਕੁ ਮੈਡਲਸ ਨੇ ਇੰਨੇ ਕੁ ਜਿਹੜੇ ਇਨਾਮ ਨੇ ਇਹਨਾਂ ਨੇ ਆਪਣੇ ਨਾਮ ਕੀਤੇ ਹੋਏ ਨੇ ਸ਼ਾਇਦ ਜੇਕਰ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਾਂ ਤੇ ਗਿਣਤੀ ਘੱਟ ਪੈ ਜਾਵੇ ਜਾਂ ਫਿਰ ਪੂਰਾ ਇੰਟਰਵਿਊ ਸ਼ਾਇਦ ਇਸ ਇਨਾਮਾਂ ਤੇ ਹੀ ਹੋ ਜਾਵੇ ਪਰ ਜ਼ਿਆਦਾ ਸਮੇਂ ਨਾਲ ਲੈਂਦੇ ਹੋਏ ਤੁਹਾਡਾ ਤੇ ਆਪਣੇ ਮੈਮ ਦਾ ਮੈਂ ਪਹਿਲਾਂ ਸਵਾਗਤ ਕਰ ਲੈਣੀ ਆ ਮੀਨਾ ਕੇ ਪਵਾਰ ਦਾ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਥੈਂਕ ਯੂ ਸੋ ਮਚ ਜੰਨਤ ਜੀ ਥੈਂਕ ਯੂ ਕੀ ਹਾਲ ਚਾਲ ਨੇ ਤੁਹਾਡੇ ਬਿਲਕੁਲ ਠੀਕ ਹੈ ਜੀ ਅੱਛਾ ਜੀ ਸਭ ਤੋਂ ਪਹਿਲਾਂ ਮੈਂ ਇਹ ਕਹਾਂਗੀ ਕਿ ਮੈਂ ਮੀਨਾ ਕੇ ਪਵਾਰ ਨਹੀਂ ਮੈਂ ਮੀਨਾ ਕੁਮਾਰੀ weightlifter ਕਹਾਂਗੀ ਕਿਉਂਕਿ ਸ਼ਾਇਦ ਬਹੁਤ ਲੋਕ ਤੁਹਾਨੂੰ ਇਸ ਇੰਸਟਾਗ੍ਰam ਤੋਂ ਜਾਣਦੇ ਹੋਊਗੇ ਹੈਨਾ ਤੇ ਹੋਰ ਸਰਚ ਕਰਦੇ ਹੋਣਗੇ ਕਿ ਮੀਨਾ ਕੁਮਾਰੀ weightlifter ਹੈ ਹੈਨਾ ਮੈਂ ਤੁਹਾਡਾ ਇੰਸਟਾਗ੍ਰam ਦੇਖ ਰਹੀ ਸੀ ਐਂਡ ਬਹੁਤ ਸਾਰੀਆਂ ਚੀਜ਼ਾਂ ਸੀ ਐਂਡ ਮੇਰੇ ਮਨ ਦੇ ਵਿੱਚ ਇੰਨੇ ਕੁ ਜ਼ਿਆਦਾ ਹਾਲ ਸੀਗੇ ਕਿ ਮੈਂ ਇਹ ਵੀ ਪੁੱਛਣਾ ਹੈ ਇਹ ਵੀ ਪੁੱਛਣਾ ਹੈ ਇਹ ਵੀ ਪੁੱਛਣਾ ਹੈ ਪਰ ਮੈਂ ਸਟਾਰਟ करूंगी ਬਚਪਨ ਤੋਂ ਹਾਂਜੀ ਕਿ ਮੀਨਾ ਬਚਪਨ ਚ ਕੀ ਸੋਚਦੀ ਸੀ ਕਿਦਾਂ ਮੀਨਾ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅ ਬਚਪਨ ਜਿਵੇਂ ਕਿ ਸਾਰਿਆਂ ਦਾ ਹੀ ਹੁੰਦਾ ਹੈ ਉਸੇ ਤਰ੍ਹਾਂ ਦਾ ਮੇਰਾ ਵੀ ਬਚਪਨ ਸੀਗਾ ਕਿ ਬਚਪਨ ਚ ਬਹੁਤ ਸਾਰੇ ਸੁਪਨੇ ਹੁੰਦੇ ਆ ਬੜੀਆਂ ਖੁਆਇਸ਼ਾਂ ਹੁੰਦੀਆਂ ਆ ਕਿ ਮੈਂ ਵੱਡੇ ਹੋ ਕੇ ਇਹ ਕਰਨਾ ਮੈਂ ਉਹ ਕਰਨਾ ਬਟ ਮੇਰਾ ਬਚਪਨ ਕਾਫੀ ਅੱਛਾ ਰਿਹਾ ਕਿਉਂਕਿ ਜੋ ਮੈਂ ਸੋਚਿਆ ਸੀ ਉਹ ਕੀਤਾ ਜੀ ਹਾਂ ਜੀ ਮੇਰਾ ਸੁਪਨਾ ਹੁੰਦਾ ਸੀ ਸ਼ੁਰੂ ਤੋਂ ਕਿ ਲਾਈਫ ਦੇ ਵਿੱਚ ਹਿਸਟਰੀ ਕਾਇਮ ਕਰਨੀ ਆ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਮੈਂ ਮਤਲਬ ਆਪਣਾ ਨਾਮ ਕਮਾਣਾ ਆ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਨਾ ਮਾਪੇ ਦਾ ਨਾਮ ਰੋਸ਼ਨ ਕਰਨਾ ਸੋ ਉਹ ਸੀਜ਼ ਨੂੰ ਪਾਣ ਦੇ ਵਿੱਚ ਮੈਂ ਹੋਈ ਮੁਕੰਮਲ ਹੋਈ ਇਹ ਦੇਖੋ ਰੱਬ ਦੀ ਬਹੁਤ ਕਿਰਪਾ ਹੈ ਇਹ ਜਿਹਨੂੰ ਵੀ ਤੁਸੀਂ ਮੰਨਦੇ ਹੋ ਹੈ ਨਾ ਕਿ ਪਰ ਅਕਸਰ ਇਦਾਂ ਕੀ ਹੁੰਦਾ ਹੈ ਜੋ ਅੱਜ ਕੱਲ੍ਹ ਦੀ ਮੈਂ ਗੱਲ ਕਰਾਂ ਨਾ ਮੀਨਾ ਜੀ ਆਪਾਂ ਸੋਚਦੇ ਕੁਝ ਹੋਰ ਆ ਪੈ ਕਿਸੇ ਹੋਰ ਰਾਹੇ ਜਾਂਦੇ ਆ ਔਰ ਕਿਤੇ ਨਾ ਕਿਤੇ ਫੈਮਲੀ ਦਾ ਸਭ ਤੋਂ ਵੱਡ ਸਪੋਰਟ ਹੁੰਦਾ ਹੈ ਖਾਸ ਕਰਨਾ ਇੱਕ ਮਾਂ ਬਿਲਕੁਲ ਮਾਂ ਦਾ ਰੋਲ ਕਿੱਦਾਂ ਰਿਹਾ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਕਹੂੰਗੀ ਕਿ ਅਗਰ ਤੁਸੀਂ ਕੁਝ ਬਣਨਾ ਹੈ ਸਭ ਤੋਂ ਵੱਡੀ ਸਪੋਰਟ ਹੀ ਤੁਹਾਡੀ ਮਾਂ ਆ ਔਰ ਤੁਹਾਡਾ ਦ੍ਰਿੜ ਨਿਸ਼ਚੈ ਅਗਰ ਤੁਸੀਂ ਸੋਚਿਆ ਲਾਈਫ ਦੇ ਵਿੱਚ ਕੁਝ ਬਣਨ ਦਾ ਤੇ ਤੁਸੀਂ ਬਣ ਜਾਉਗੇ ਔਰ ਜਿਹੜੀ سپورਟ ਮਾਂ ਦੀ ਤੁਸੀਂ ਗੱਲ ਕਰ ਦਿੱਤੀ ਆ ਉਹਦੀ سپورਟ ਤੇ ਉਹਦੀਆਂ ਦੁਆਵਾਂ ਸਭ ਤੋਂ ਵੱਧ ਤੁਹਾਨੂੰ ਤੁਹਾਨੂੰ ਲੋੜ ਐ ਜੀ ਬਿਲਕੁਲ ਕਿ ਮੈਡਮ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਇਨਸਪੈਕਟਰ ਨੇ ਜਲੰਧਰ ਰੂਰਲ ਦੇ ਵਿੱਚ ਤੇ ਇਹ ਬਤੌਰ ਪਬਲਿਕ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਸੇਵਾਵਾਂ ਦੇ ਵਿੱਚ ਨੇ ਉੱਥੇ ਲੋਕਾਂ ਨੂੰ ਗਾਈਡ ਕਰਦੇ ਨੇ ਟ੍ਰੈਫਿਕ ਰੂਲਸ ਐਂਡ ਬਹੁਤ ਸਾਰੀਆਂ ਚੀਜ਼ਾਂ ਨੇ ਸ਼ਾਇਦ ਤੁਸੀਂ ਇਹਨਾਂ ਦੇ ਇੰਸਟਾਗ੍ਰਾਮ ਤੇ ਵੀ ਦੇਖਿਆ ਹੋਵੇਗਾ ਮੈਂ ਪੁੱਛੂੰਗੀ ਮੰਮ ਇਹਦੇ ਵਿੱਚ ਹੁੰਦਾ ਕੀ ਹੈ ਕਿੰਨੀ ਕੁ ਔਖੀ ਹੁੰਦੀ ਹੈ ਡਿਊਟੀ ਐ ਕਿਸ ਤਰੀਕੇ ਨਾਲ ਪੂਰਾ ਸਰਕਲ ਚੱਲਦਾ ਹੈ ਬੇਸੇ ਤਾਂ ਪੰਜਾਬ ਪੁਲਿਸ 24/7 ਹੋ ਰਾਂ ਬਟ ਮੈਂ ਅੱਜਕੱਲ ਹੈਗੀ ਆ ਟ੍ਰੈਫਿਕ ਐਜੂਕੇਸ਼ਨ ਸੈੱਲ ਇਨ ਚਾਰਜਾਂ ਜਿਹਦੇ ਵਿੱਚ ਕਿ ਅਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਫਿਰ ਪਿੰਡਾਂ ਦੇ ਵਿੱਚ ਜਾ ਕੇ ਟ੍ਰੈਫਿਕ ਦੇ ਬਾਰੇ ਅਸੀਂ ਜਾਗਰੂਕ ਕਰਦੇ ਹਾਂ ਉਹਦੇ ਨਾਲ ਨਾਲ ਮੈਂ ਜਨ ਸਪੋਰਟਸ ਦੇ ਵਿੱਚ ਜਾਣ ਦੇ ਲਈ ਪੜ੍ਹਾਈ ਕਰਨ ਦੇ ਲਈ ਉਹ ਆਇਲਰਟਸ ਕਰਕੇ ਬਾਹਰ ਨਾ ਜਾਣ ਆਪਣੀ ਪੜ੍ਹਾਈ ਇੰਡੀਆ ਦੇ ਵਿੱਚ ਦੇਣ ਆਪਣੇ ਦੇਸ਼ ਨੂੰ ਦੇਣ ਇਹਦੇ ਲਈ ਔਰ ਡਰੱਗਸ ਨੂੰ ਰੋਕਣ ਦੇ ਲਈ ਇਹ ਸਾਰੇ ਸੈਮੀਨਾਰਸ ਕਰਦੀਆਂ ਬੱਚਿਆਂ ਨੂੰ ਸਮਝਾਣੀਆਂ ਜੇਕਰ ਮੈਂ ਸਟਾਰਟਿੰਗ ਦੇ ਵਿੱਚ ਆਵਾਂ ਕਿ ਤੁਸੀਂ weight lifting ਦੇ ਵਿੱਚ ਬਹੁਤ ਨਾਮ ਕਮਾਇਆ ਹਾਂ ਜੀ ਤਮਾਮ ਜਿਹੜੇ ਮੈਡਲਸ ਨੇ ਤੁਸੀਂ ਆਪਣੇ ਨਾਮ ਕੀਤੇ ਨੇ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸ਼ੁਰੂਆਤ ਮੇਰੀ ਬਚਪਨ ਤੋਂ ਹੋਈ ਸੀ ਮੇਰੇ ਸਕੂਲਿੰਗ ਤੋਂ ਹੋਈ ਸੀ ਮੈਨੂੰ ਸ਼ੌਂਕ ਸੀਗਾ ਸਪੋਰਟਸ ਕਰਨ ਦਾ ਪਰ ਕਿਹੜੀ ਸਪੋਰਟਸ ਕਰਨੀ ਹੈ ਇਹ ਨਹੀਂ ਪਤਾ ਸੀਗਾ ਬਿਲਕੁਲ ਮੋਸਟਲੀ ਲੋਕਾਂ ਪਤਾ ਨਹੀਂ ਹੁੰਦਾ ਕੀ ਕਰਨਾ ਕੀ ਹੈ ਔਰ ਇੰਨਾ ਜ਼ਿਆਦਾ ਹੁੰਦਾ ਵੀ ਨਹੀਂ ਆ ਸਕੂਲਿੰਗ ਦੇ ਵਿੱਚ ਸਕੂਲ ਦੇ ਵਿੱਚ ਇੰਨੇ ਜ਼ਿਆਦਾ ਸਪੋਰਟਸ ਹੁੰਦੇ ਨਹੀਂ ਬਟ ਜਿਹੜੀ ਵੀ ਸਪੋਰਟਸ ਮਿਲਦੀ ਸੀ ਮੈਂ ਹਰ ਇੱਕ ਦੇ ਵਿੱਚ ਪਾਰਟਿਸਿਪੇਟ ਕਰਦੀ ਸੀ ਸੋ ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਗਈ ਬੀ ਡੀ ਆਰ ਕਾਲਜ ਦੇ ਵਿੱਚ ਤੇ ਮੈਂ ਸਟਾਰਟ ਕੀਤੀ ਜੂໂດ ਕਾਰਾਟੇ ਜੀ ਤੇ ਉਹਨਾਂ ਦਿਨਾਂ ਦੇ ਵਿੱਚ ਕਾਲਜ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਸੀ ਬਟ ਸਾਡੇ ਵੇਟ ਲਿਫਟਿੰਗ ਦੇ ਕੋਚ ਆਏ ਹੋਏ ਸੀਗੇ ਤੇ ਮੈਂ ਨਿਕਲ ਰਹੀ ਸੀ ਐਕਚੁਅਲੀ ਮੇਰੇ ਮਾਮਾ ਜੀ ਇੰਟਰਨੈਸ਼ਨਲ ਵੇਟ ਲਿਫਟਰ ਰਹਿ ਚੁੱਕੇ ਨੇ ਜੀ ਤੇ ਮੈਂ ਨਿਕਲ ਰਹੀ ਸੀ ਮੈਂ ਦੇਖਿਆ ਕਿ weight lifting ਦਾ ਹਾਲ ਆ ਔਰ ਮੇਰੇ ਕੋਲ ਰੁਕਿਆ ਨਹੀਂ ਗਿਆ ਮੈਂ ਜਦੋਂ ਜਾ ਕੇ ਅੰਦਰ weight ਚੱਕਿਆ ਪਹਿਲੇ ਦਿਨ ਹੀ ਮੈਂ 25 ਕਿਲੋ ਦਾ ਬਾਲਾ ਘੜ ਦਿੱਤਾ ਸੀਗਾ। ਜੀ। ਸੋ ਜਿਹੜੇ ਮੇਰੇ ਕੋਚ ਸੀਗੇ ਅਰਜੁਨ ਧੋਖੀ ਜੀ ਕੋਚ ਸੀਗੇ ਮੇਰੇ ਤੇ ਉਹਨਾਂ ਨੇ ਕਿਹਾ ਕਿ ਮੈਂ ਹੁਣ ਤੈਨੂੰ ਕੋਈ ਗੇਮ ਨਹੀਂ ਕਰਨ ਦੇਣੀ। ਕਿ ਤੂੰ ਪਹਿਲੇ ਦਿਨ ਆ ਕੇ 25 ਕਿਲੋ ਚੱਕ ਦਿੱਤਾ ਤੇ ਮੈਂ ਤੈਨੂੰ weight lifting ਕਰਾਣੀ ਆ। ਸੋ ਇਸੇ ਤਰ੍ਹਾਂ ਮੇਰੀ weight lifting ਦੀ ਸ਼ੁਰੂਆਤ ਹੋਈ। ਅੱਛਾ ਜੀ ਪਹਿਲੇ ਕੋਚ ਮੇਕਰ ਜੀ ਗੱਲ ਕਰਾਂ ਤਾਂ ਤੁਹਾਡੇ ਮਾਮਾ ਜੀ ਰਹੇ ਤੁਹਾਡੇ। ਮੇਰੇ ਮਾਮਾ ਜੀ ਉਹਨਾਂ ਦੇ ਨਾ ਪਿੰਡ ਦੇ ਵਿੱਚ ਮੇਲੇ ਹੋਇਆ ਕਰਦੇ ਸੀਗੇ। ਤੇ ਉੱਥੇ ਲੜਕੀਆਂ weight ਚੱਕਦੀਆਂ ਹੁੰਦੀਆਂ ਸੀ। ਉਹਨਾਂ ਨੂੰ ਦੇਖ ਕੇ ਮੇਰੇ ਦਿਲ ਵਿੱਚ ਸ਼ੌਂ ਹਮ ਹਾਂਜੀ ਪਰਿਵਾਰ ਦਾ ਫਿਰ ਸਪੋਰਟ ਰਹਾ ਕਿ ਹਾਂ ਤੂੰ weight lifting ਕਰ ਮੀਨਾ ਕੋਈ ਗੱਲ ਨਹੀਂ ਬਿਲਕੁਲ ਸਭ ਤੋਂ ਵੱਧ ਸਭ ਤੋਂ ਵੱਡੀ ਸਪੋਰਟ ਜਿਹੜੀ ਆ ਉਹ ਪਰਿਵਾਰ ਆ ਕਿਉਂਕਿ ਅਗਰ ਮੇਰੇ ਪਰਿਵਾਰ ਚੋਂ ਇੱਕ ਵੀ ਪਰਸਨ ਜਿਹੜੇ ਮੇਰੇ ਬ੍ਰਦਰਸ ਆ ਜਾਂ ਮੰਮੀ ਪਾਪਾ ਕਹਿ ਦਿੰਦੇ ਕਿ ਤੂੰ ਗੇਮ ਨਹੀਂ ਕਰਨੀ ਸ਼ਾਇਦ ਮੈਂ ਅਜਿੱਥੇ ਨਾ ਹੁੰਦੀ ਸੋ ਤੁਹਾਡੀ ਲਾਈਫ ਦੇ ਵੀ ਤੁਹਾਡੀ ਕਾਮਯਾਬੀ ਦੀ ਜਿਹੜੀ ਸਭ ਤੋਂ ਵੱਡੀ ਸਪੋਰਟ ਆ ਉਹ ਤੁਹਾਡਾ ਪਰਿਵਾਰ ਆ ਇੱਕ ਸਪੋਰਟਸ ਪਰਸਪੈਕਟਿਵ ਦੇ ਐਂਗਲ ਦੇ ਨਾਲ ਪੁੱਛਾਂ ਮੋਸਟਲੀ ਮੁੰਡਿਆਂ ਨੂੰ ਪ੍ਰੇਫਰ ਕੀਤਾ ਜਾਂਦਾ ਹੈ ਕਿ ਹਾਂ ਤੁਸੀਂ ਸਪੋਰਟਸ ਕਰੋ ਤੁਸੀਂ ਗੇਮ ਕਰੋ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਿਉਂਕਿ ਤੁਸੀਂ ਵੀ ਕੁੜੀਆਂ ਹੋ ਮੈਂ ਵੀ ਕੁੜੀਆਂ ਕੁੜੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਪਹਿਲੀ ਗੱਲ ਇਹ ਆ ਦੂਜੀ ਗੱਲ ਇਹ ਆ ਕਿ ਅਗਰ ਕੋਈ ਕੁੜੀ ਸਪੋਰਟਸ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਉਹਦੀ ਬਾਡੀ ਸਟਰਕਚਰ ਉਹਦਾ ਫਿਜ਼ੀਕਲ ਸਟਰਕਚਰ ਵੀ ਮੁੰਡਿਆਂ ਵਾਂਗ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਂ ਬਿਲਕੁਲ ਸਹੀ ਗੱਲ ਹੈ ਲੜਕੀਆਂ ਲਈ ਵੈਸੇ ਵੀ ਸ਼ੁਰੂ ਤੋਂ ਹੀ ਚੈਲੰਜਿੰਗ ਹਰ ਚੀਜ਼ ਹੈ ਨਾ ਔਰ ਹੈ ਵੀ ਬਟ ਅੱਜ ਦੇ ਟਾਈਮ 'ਚ ਮਾਹੌਲ ਚੇਂਜ ਹੋ ਚੁੱਕਾ ਹੈ ਅੱਜ ਦੇ ਟਾਈਮ 'ਚ ਜ਼ਮਾਨਾ ਬਦਲ ਚੁੱਕਿਆ ਹੈ ਬਹੁਤ ਸਾਰੀ ਮੈਂ ਇਹੋ ਜਿਹੇ ਪੇਰੈਂਟਸ ਨੂੰ ਜਾਣਦੀ ਆ ਜਿਹੜੇ ਆਪਣੀ ਬੇਟੀਆਂ ਨੂੰ ਗੇਮ ਕਰਵਾਉਣਾ ਚਾਹੁੰਦੇ ਜਿਵੇਂ ਕਿ ਮੇਰੀ ਮੰਮੀ ਮੰਮੀ ਨੇ ਕਿਹਾ ਸੀਗਾ ਕਿ ਮੇਰੇ ਬੇਟਿਆਂ ਦਾ ਮੈਨੂੰ ਕੋਈ ਨਹੀਂ ਆ ਮੇਰੇ ਬ੍ਰਦਰਸ ਜਿਹੜੇ ਆ ਉਹਨਾਂ ਨੇ ਪਲੱਸ 2 ਕੀਤੀ ਆ ਪਰ ਮੇਰੀ ਮੰਮੀ ਕਹਿੰਦੇ ਸੀ ਕਿ ਮੈਂ ਆਪਣੀ ਬੇਟੀ ਪੜਾਣੀ ਆ ਜੀ ਮੈਂ ਆਪਣੀ ਬੇਟੀ ਨੂੰ ਕੁਝ ਬਣਾਣਾ ਆ ਉਹਨੂੰ ਮੈਂ ਸਪੋਰਟਸ ਕਰਵਾਨੀਆਂ ਸੋ ਇਸ ਤਰ੍ਹਾਂ ਕਾਫੀ ਚੇਂਜ ਹੋ ਚੁੱਕਾ ਹੁਣ ਕਾਫੀ ਮਾਹੌਲ ਚੇਂਜ ਹੋ ਚੁੱਕਾ ਆ ਔਰ ਲੜਕੀਆਂ ਕਾਫੀ ਸਪੋਰਟਸ ਦੇ ਵਿਚ ਆ ਰਹੀਆਂ ਮੈਂ ਥੋੜਾ ਇਲੈਬੋਰੇਸ਼ਨ ਦੇ ਵਿੱਚ ਪੁੱਛਣਾ ਚਾਹਾਂਗੀ ਹਾਂਜੀ ਕੀ ਚੈਲੰਜਸ ਸੀਗੇ ਕੌਨ ਸਪੋਰਟਸ ਸਿਸਟਮ ਸੀਗਾ ਅੱਜ ਮੀਨਾ ਪਹੁੰਚੀ ਐ ਉਹ ਜਰਨੀ ਕਿਦਾਂ ਦੀ ਸੀ ਬਹੁਤ ਟਫ ਜਰਨੀ ਸੀ ਕੁਝ ਵੀ ਕੋਈ ਵੀ ਸੋਰਸ ਨਹੀਂ ਸੀ ਈਵਨ ਮੈਂ ਆਪਣੇ ਪਿੰਡ ਤੋਂ ਲੈ ਕੇ ਜਿਹੜਾ ਜਿੱਥੇ ਮੈਂ ਗੇਮ ਕਰਨ ਜਾਂਦੀ ਸੀ ਮੈਂ ਉੱਥੇ ਪੈਦਲ ਜਾਂਦੀ ਹੁੰਦੀ ਸੀ ਉਸ ਟਾਈਮ ਮੇਰੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ ਔਰ ਘਰ ਦੇ ਵਿੱਚ ਉਸ ਟਾਈਮ ਰੋਟੀ ਵੀ ਨਹੀਂ ਸੀ ਖਾਣ ਨੂੰ ਤੇ ਬਹੁਤ ਜ਼ਿਆਦਾ ਚੈਲਿੰਜਿੰਗ ਸੀ ਹਰ ਚੀਜ਼ ਬਟ ਇਹ ਸਭ ਕੁਝ ਪੋਸੀਬਲ ਹੋ ਸਕਿਆ ਇੱਕ ਮੇਰੇ ਦ੍ਰਿੜ ਨਿਸ਼ਚੈ ਕਰਕੇ ਔਰ ਸੈਕਿੰਡ ਮੇਰੀ ਪੇਰੈਂਟਸ ਦੀ ਸਪੋਰਟ ਕਰਕੇ ਸਿਰਫ ਮੇਰੇ ਮੇਰਾ ਪਰਿਵਾਰ ਮੇਰੇ ਨਾਲ ਸੀ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਇੱਥੇ ਆਂ ਸਬਤ ਵੱਡ ਸਪੋਰਟ ਕੀਤਾ ਪਾਪਾ ਤੇ ਮम्मा ਬਿਲਕੁਲ ਦੋਨਾਂ ਨੇ ਦੋਨਾਂ ਨੇ ਸਪੋਰਟ ਕੀਤੀ ਪਰ ਮੇਰੀ ਮਾਂ ਦਾ ਮੇਨ ਸਪੋਰਟ ਜਿਹੜੀ ਮਾਂ ਹੁੰਦੀ ਆ बिकॉज ਮम्मी ਦੇ ਕੋਲ ਹਰ ਵਕਤ ਰਹਿਣਾ ਹੈਨਾ ਪਾਪਾ ਨੇ ਤਾਂ ਰਾਤ ਨੂੰ ਮਿਲਣਾ ਹੁੰਦਾ ਤੇ ਮम्मी ਦੇ ਕੋਲ ਹਰ ਵਕਤ ਰਹਿਣਾ ਜੋ ਮੰਮੀ ਨੇ ਅਜ ਤੱਕ ਸਿਖਾਇਆ ਜੋ ਮੰਮੀ ਨੇ ਪੜਾਇਆ ਜੋ ਮੰਮੀ ਦਾ ਡਰ ਉਹਦੀ ਬਦੌਲਤ ਮੈਂ ਅੱਜ ਇੱਥੇ ਕਦੀ ਇਦਾਂ ਤਾਂ ਹੋਇਆ ਕਿ ਹਮ ਮੀਨਾ ਵੀ ਕਦੀ ਟੁੱਟੀ ਹੋਵੇ ਜਾਂ ਸਮਾਜ ਦੀ ਇਦਾਂ ਦੀ ਚੀਜ਼ ਨੇ ਉਹਨੂੰ ਡਰਾ ਤਾ ਹੋਵੇ ਕਿ ਹਾਂ ਸ਼ਾਇਦ ਮੈਂ ਨਹੀਂ ਕਰ ਪਾਵਾਂ ਅ ਕਾਫੀ ਚੀਜ਼ਾਂ ਫੇਸ ਕਰਨੀਆਂ ਪਈਆਂ ਜਦੋਂ ਸਕੂਲਿੰਗ ਤੋਂ ਹੀ ਮੈਨੂੰ ਤਾਂ ਸਟਾਰਟਿੰਗ ਤੋਂ ਹੀ ਕਾਫੀ ਚੀਜ਼ਾਂ ਫੇਸ ਕਰਨੀਆਂ ਪਈਆਂ ਅ ਸਭ ਤੋਂ ਵੱਡਾ ਚੈਲੰਜ ਸੀਗਾ ਮੇਰੀ ਲਾਈਫ ਦਾ ਜਦੋਂ ਮੇਰੇ ਮੈਂ ਕਾਲਜ ਜਾਣਾ ਸੀ ਔਰ ਮੇਰੇ ਕੋਲ ਫੀਸ ਨਹੀਂ ਸੀ ਔਰ ਸਭ ਤੋਂ ਵੱਡੀ سپورਟ ਮੇਰੀ ਉਸ ਟਾਈਮ ਮੇਰੀ ਮੰਮੀ ਬਣੇ ਮੇਰੇ ਮੰਮੀ ਨੇ ਕਿਸੇ ਕੋਲੋਂ ਫੜ ਕੇ ਮੈਨੂੰ ਫੀਸ ਲੈ ਕੇ ਦਿੱਤੀ ਸੀ ਔਰ ਉਹ ਮੈਨੂੰ ਯਾਦ ਸੀ ਕਿ ਅੱਜ ਲਾਸਟ ਟਾਈਮ ਮੇਰੀ ਮੰਮੀ ਨੇ ਕਿਸ ਤੋਂ ਪੈਸੇ ਮੰਗੇ ਇਸ ਤੋਂ ਬਾਅਦ ਮੈਂ ਲਾਈਫ 'ਚ ਕਦੀ ਪੈਸਾ ਨਹੀਂ ਮੰਗਣ ਦੇਣਾ ਸੋ ਉਹ ਚੀਜ਼ ਆ ਜਿਹੜੀ ਮੈਂ ਕਦੀ ਭੁੱਲ ਨਹੀਂ ਸਕਦੀ ਔਰ ਸਭ ਤੋਂ ਵੱਡੀ سپورਟ ਮਾਂ ਦੀ ਸੀ ਉਸ ਵੇਲੇ ਤੁਹਾਨੂੰ ਉਸ ਜਿੰਨੇ ਵੀ ਪੈਸੇ ਲਿੱਤੇ ਹੋਣਗੇ ਉਹ ਅੰਦਾਜ਼ਾ ਹੋਇਆ ਹੋਏਗਾ ਕਿ ਹਾਂ ਇਸ ਦੀ ਕੀਮਤ ਕਿੰਨੀ ਹੈ ਕੀਮਤ ਕਿੰਨੀ ਆ ਔਰ ਮੈਂ ਅੱਜ ਤੱਕ ਉਹਨਾਂ ਨੂੰ ਵੀ ਨਹੀਂ ਭੁੱਲੀ ਜਿਨ੍ਹਾਂ ਨੇ ਮਤਲਬ ਜਿਨ੍ਹਾਂ ਨੇ ਸਾਡੀ سپورਟ ਕੀਤੀ ਸੀ ਮੰਮੀ ਜਿਨ੍ਹਾਂ ਕੋਲ ਗਏ ਸੀਗੇ ਮੈਂ ਪੈਸੀ ਤਾਂ ਵਾਪਸ ਹੋ ਗਏ ਪਰ ਅੱਜ ਤੱਕ ਮੈਂ ਉਹਨਾਂ ਨੂੰ ਕਦੀ ਭੁੱਲੀ ਨਹੀਂ ਆ ਮੈਂ ਜਦੋਂ ਵੀ ਮੇਰਾ ਕੋਈ ਮੈਡਲ ਆਂਦਾ ਹੈ ਜਾਂ ਫਿਰ ਮੈਂ ਜਦੋਂ ਵੀ ਈਵਨ ਉਹ ਵੀ ਮੈਨੂੰ ਸੁਣ ਰਹੇ ਹੋਣੇ ਆ ਤੇ ਜਦੋਂ ਵੀ ਮੈਂ ਪ੍ਰੋਮੋਸ਼ਨ ਵੀ ਮੇਰੀ ਹੁੰਦੀ ਮੈਂ ਉਹਨਾਂ ਦੇ ਘਰ ਸਪੈਸ਼ਲ ਜਾ ਕੇ ਥੈਂਕਸ ਕਰਕੇ ਆਉਂਦੀ ਆ ਮੰਮੀ ਨਾਲ ਬਿਲਕੁਲ ਜੇ ਤੁਹਾਡੀ ਮੈਂ ਗੇਮ ਦੀ ਵੀ ਗੱਲ ਕਰਾਂ ਡਿਊਟੀ ਦੀ ਵੀ ਗੱਲ ਕਰਾਂ ਕਿਉਂਕਿ ਪੁਲਿਸ ਵਾਲਾਂ ਦੀ ਡਿਊਟੀ ਕੋਈ ਸੌਖੀ ਨਹੀਂ ਹੈ ਤੁਹਾਨੂੰ 24/7 ਅਵੇਲੇਬਲ ਹੋਣਾ ਪੈਂਦਾ ਹੈ ਠੀਕ ਹੈ ਉਹਦੇ ਨਾਲ ਗੇਮ ਨੂੰ ਮੈਨੇਜ ਕਰਨਾ ਆਪਣੀ ਫਿਟਨੈਸ ਮੈਨੇਜ ਕਰਨਾ ਆਪਣੀ ਡਾਈਟ ਮੈਨੇਜ ਕਰਨਾ ਆਪਣੀ ਐਕਸਰਸਾਈਜ਼ ਕਰਨਾ ਉਹ ਇੰਨੀਆਂ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਕਰਦੇ ਆ ਐਕਚੁਅਲੀ ਮੇਰਾ ਡਿਪਾਰਟਮੈਂਟ ਪੰਜਾਬ ਪੁਲਿਸ ਸਾਡੇ ਜਲੰਧਰ ਦਿਹਾਤੀ ਪੁਲਿਸ ਮੇਰੇ ਆਫੀਸਰਸ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਡੀਜੀਪੀ ਸਰ ਔਰ ਸਾਡੇ ਐਸਐਸਪੀ ਸਰ ਜਿਹੜੇ ਜਲੰਧਰ ਦਿਹਾਤੀ ਨੇ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੋਇਆ ਹੈ ਕਿ ਤੂੰ ਆਪਣਾ ਡਿਊਟੀ ਦੇ ਨਾਲ-ਨਾਲ ਗੇਮ ਕਰ ਸਕਦੀ ਆ ਸੋ ਉਹਨਾਂ ਦੀ ਬਦੌਲਤ ਮੇਰੇ ਆਫੀਸਰਸ ਉਹਨਾਂ ਦੀ ਬਦੌਲਤ ਮੇਰੇ ਪਹਿਲੇ ਪੇਰੈਂਟਸ ਜਿਹੜਾ ਨੇ ਮੈਨੂੰ ਇੱਥੇ ਤੱਕ ਲਿਆਂਦਾ ਔਰ ਮੇਰੀ ਸੈਕੰਡ ਜਿਹੜੀ ਮੈਂ ਪੇਰੈਂਟਸ ਕਹਿੰਨੀ ਆ ਸਾਡੀ ਡਿਪਾਰਟਮੈਂਟ ਦੇ ਮੇਰੇ ਆਫੀਸਰਸ ਆ ਜਿਹੜੇ ਮੈਨੂੰ ਸਪੋਰਟ ਕਰਦੇ ਆ ਅੱਜ ਦੇ ਟਾਈਮ 'ਚ ਹਰ ਇੱਕ ਲੜਕੀ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਉਦੋਂ ਤੱਕ ਮੈਂ ਵਿਆਹ ਨਹੀਂ ਕਰਾਣਾ ਔਰ ਹਰ ਪੇਰੈਂਟਸ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਮੈਂ ਉਦੋਂ ਤੱਕ ਆਪਣੀ ਬੇਟੀ ਦਾ ਵਿਆਹ ਨਹੀਂ ਕਰਨਾ ਜਦ ਤੱਕ ਇਹ ਆਪਣੇ ਪੈਰਾਂ ਤੇ ਨਹੀਂ ਖੜੀ ਹੋ ਜਾਂਦੀ ਸੋ ਇਹ ਚੀਜ਼ ਨੂੰ ਤੁਸੀਂ ਆਪਣੇ ਆਪਣੀ ਫਿਊਚਰ ਨੂੰ ਸੋਚੋ ਆਪਣੀ ਲਾਈਫ ਨੂੰ ਸੋਚੋ ਕਿ ਮੈਂ ਕਰਨਾ ਕੀ ਆ ਨਾ ਕਿ ਆਪਣੇ ਫੋਨ ਤੇ ਸੀਮਤ ਰੋ ਸਾਹ ਨਾਲ ਕਿ ਹਰ ਇੱਕ ਘਰ ਦੇ ਵਿੱਚ ਇੱਕ ਸਪੋਰਟਸ ਪਰਸਨ ਹੋਣਾ ਜ਼ਰ ਐਕਚੁਅਲੀ ਅਗਰ ਕੋਈ ਇਹ ਵੀ ਸੋਚਦਾ ਹੈ ਨਾ ਕਿ ਮੈਂ სპੋਰਟਸ ਕੋਟੇ 'ਚ ਨੌਕਰੀ ਲੈਣੀ ਹੈ ਔਰ ਸਪੋਰਟਸ ਤਾਂ ਕਰਨੀ ਹੈ ਮੈਂ ਕਹਿੰਦੀ ਤਾਂ ਵੀ ਚੰਗਾ ਹੈ ਹੂੰ ਕਿਸੇ ਬਹਾਨੇ ਸਹੀ ਤੁਸੀਂ ਕੋਈ ਵੀ ਬਹਾਨਾ ਲਾਓ ਪਰ ਤੁਸੀਂ ਸਪੋਰਟਸ ਜ਼ਰੂਰ ਕਰੋ ਸਪੋਰਟਸ ਕਰਨੀ ਬਹੁਤ ਜ਼ਰੂਰੀ ਹੈ ਹਰ ਘਰ ਦੇ ਵਿੱਚ ਇੱਕ ਪਲੇਅਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਪਲੇਅਰ ਹੀ ਇਹੋ ਜੀ ਚੀਜ਼ ਹੈ ਜਿਹਦੇ ਨਾਲ ਤੁਹਾਡੀਆਂ ਪੀੜ੍hiyan ਤਰ ਜੰਨੀ ਆਇਆ ਸਹੀ ਗੱਲ ਹੈ ਬਿਲਕੁਲ ਔਰ ਇੱਕ ਪਲੇਅਰ ਦੇ ਹੋਣ ਕਰਕੇ ਨਾ ਸਾਰਾ ਘਰ ਜਿਹੜਾ ਫਿੱਟ ਰਹਿ ਲੈਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਲੋਕ ਇਦਾਂ ਵੀ ਕਰਦੇ ਨੇ ਕਿ ਸਪੋਰਟਸ ਕਰਦੇ ਨੇ ਜਾਂ ਵਿੱਚ ਹੀ ਛੱਡ ਦਿੰਦੇ ਨੇ ਉਹਦਾ ਕੀ ਕਰਨਾ ਮੋਸਟਲੀ ਇਦਾਂ ਕਰਦੇ ਨੇ ਕਿ ਸਪੋਰਟਸ ਕਰਦੇ ਨੇ ਪਰ ਛੱਡ ਦਿੰਦੇ ਨੇ ਬਿਲਕੁਲ ਸਹੀ ਗੱਲ ਆ ਐਕਚੁਅਲੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਸਪੋਰਟਸ ਦੇ ਵਿੱਚ ਉਹ ਹੈਗਾ ਪੈਸਾ ਕਿਉਂਕਿ ਕੋਈ ਵੀ ਸਪੋਰਟਸ ਲਾ ਲੋ ਉਹਦੇ ਵਿੱਚ ਪੈਸਾ ਬਹੁਤ ਜ਼ਰੂਰੀ ਆ ਡਾਈਟ ਜ਼ਰੂਰੀ ਆ ਸਾਡੀ ਕਿਟ ਜ਼ਰੂਰੀ ਆ ਜੇ ਮੈਂ ਆਪਣੀ weight lifting ਦੀ ਗੱਲ ਕਰਾਂ ਤੇ ਬਹੁਤ ਮਹਿੰਗੀ ਗੇਮ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਡਾਈਟ ਚਾਹੀਦੀ ਆ ਬਹੁਤ ਕਿਉਂਕਿ ਅੱਜਕੱਲ ਡੋਪਿੰਗ ਵੀ ਹਰ ਇੱਕ ਦੇ ਵਿੱਚ ਨੋਰਮਲ ਹੈ ਹਮ ਹਰ ਗੇਮ ਦੇ ਵਿੱਚ ਔਰ ਜਿਹੜੀ ਸਪਲੀਮੈਂਟ ਹੈ ਬੜੇ ਦੇਖ ਸੋਚ ਕੇ इवन ਮੈਂ ਖੁਦ ਮੈਨੂੰ ਬੜਾ ਡਰ ਲੱਗਦਾ ਹੈ ਜਦੋਂ ਵੀ ਸਪਲੀਮੈਂਟ ਖਾਣਾ ਹੁੰਦਾ ਹੈ ਸੋਚ-ਸੋਚ ਕੇ ਖਾਣਾ ਹੈ ਔਰ ਬਾਹਰ ਤੋਂ ਜ਼ਿਆਦਾ ਮੰਗਵਾਣਾ ਹੈ ਅੱਛਾ ਇੱਕ ਪਲੇਅਰ ਦਾ ਅਗਰ ਆਪਾਂ ਡਾਈਟ ਪਲੱਸ ਸਾਰੀਆਂ ਚੀਜ਼ਾਂ ਉਹਦੇ ਕੱਪੜੇ ਉਹਦੀ ਕਿੰਨਾ ਖਰਚਾ ਹੋਏਗਾ ਕਿ ਇੱਕ ਪਲੇਅਰ ਅਗਰ ਆਪਾਂ ਤਿਆਰ ਕਰਾਂ ਅਗਰ ਅਸੀਂ ਅਕੋਰਡਿੰਗ ਟੂ ਕੰਪੀਟੀਸ਼ਨਸ ਆ ਅਗਰ ਅਸੀਂ ਸਕੂਲ ਨੈਸ਼ਨਲ ਕਰਨੀ ਹੈ ਅਸੀਂ ਨੈਸ਼ਨਲ ਕਰਨੀ ਹੈ ਜਾਂ ਫਿਰ ਇੰਟਰਨੈਸ਼ਨਲ ਉਸ ਹਿਸਾਬ ਨਾਲ ਸਾਡਾ ਜਿਹੜਾ ਡਾਈਟ ਸ਼ਡਿਊਲ ਔਰ ਉਸ ਹਿਸਾਬ ਨਾਲ ਸਾਨੂੰ ਪਤਾ ਚੱਲਦਾ ਕਿ ਪੈਸਾ ਕਿੰਨਾ ਲੱਗਣਾ ਹੈ ਇਹ ਅਲੱਗ-ਅਲੱਗ ਹੁੰਦਾ ਆ ਔਰ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰਨੀ ਹੈ ਤੇ ਲੱਖਾਂ ਦੀ ਤਦਾਰ ਦੇ ਵਿੱਚ ਸਾਨੂੰ ਪੈਸਾ ਚਾਹੀਦਾ ਮਹੀਨੇ ਲਈ ਅੱਛਾ ਮੈਂ ਥੋੜਾ ਜਿਹਾ ਨਾ ਆਪਣੇ ਦਰਸ਼ਕਾਂ ਨੂੰ ਚਾਹੂੰਗੀ ਕਿ ਤੁਸੀਂ ਦੱਸੋ ਕੀ ਕੀ ਤੁਹਾਡੇ ਕੋਲ ਚੀਜ਼ਾਂ ਨੇ ਕਾਮਨਵੈਲਥ ਗੇਮਸ ਹੋ ਗਿਆ ਵਰਲਡ ਚੈਂਪੀਅਨਸ਼ਿਪਸ ਹੋ ਗਿਆ ਪਤਾ ਨਹੀਂ ਕੀ ਕੀ ਚੀਜ਼ਾਂ ਥੋੜਾ ਜਿਹਾ ਦੱਸੋ ਐਕਚੁਅਲੀ ਮੈਂ 2007 ਦੇ ਵਿੱਚ ਵੇਟ ਲਿਫਟਿੰਗ ਸਟਾਰਟ ਕੀਤੀ ਸੀ ਔਰ 2009 ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਜਿਹੜਾ ਨੈਸ਼ਨਲ ਦੇ ਵਿੱਚ ਮੈਡਲ ਆਇਆ ਸੀ ਉਸ ਤੋਂ ਬਾਅਦ 2014 ਤੱਕ ਕਾਮਨਵੈਲਥ ਗੇਮਸ ਜਦੋਂ ਖੇਡੀਆਂ ਮੈਂ ਲਗਾਤਾਰ ਇੰਡੀਆ ਦੀ ਵੇਟ ਲਿਫਟਿੰਗ ਦੇ ਵਿੱਚ ਚੈਂਪੀਅਨ ਰਹਿ ਚੁੱਕੀ ਹਾਂ ਵੇਟ ਲਿਫਟਿੰਗ 'ਚ ਔਰ ਪੁਲਿਸ ਗੇਮਸ ਦੇ ਵਿੱਚ ਮੇਰੇ ਕਾਫੀ ਸਾਰੇ ਰਿਕਾਰਡਸ ਨੇ ਵੇਟ ਲਿਫਟਿੰਗ ਦੇ ਵਿੱਚ ਔਰ ਇਸ ਤੋਂ ਇਲਾਵਾ ਫਿਰ ਮੈਂ ਪਾਵਰ ਲਿਫਟਿੰਗ ਜੁਆਇਨ ਕੀਤੀ ਜਿਹਦੇ ਵਿੱਚ ਮੈਂ ਫੈਡਰੇਸ਼ਨ ਕੱਪ ਚੈਂਪੀਅਨ ਆ ਕਈ ਵਾਰ ਨੈਸ਼ਨਲ ਚੈਂਪੀਅਨ ਆ ਉਸ ਤੋਂ ਬਾਅਦ ਅਗੇਨ ਮੈਂ weight lifting ਕਰ ਰਹੀ ਹਾਂ ਸਟਿਲ ਅੱਜ ਵੀ ਕਰ ਰਹੀ ਹਾਂ ਔਰ ਹਜੀ ਜਨੂਅਰੀ ਦੇ ਵਿੱਚ ਹੀ ਨੈਸ਼ਨਲ ਚੋ ਮੈਡਲ ਲੈ ਕੇ ਆਈਆਂ ਸੋ ਆਈ ਥਿੰਕ 16 17 ਸਾਲ ਹੋ ਚੱਲੇ ਮੈਨੂੰ ਠੀਕ ਹੈ ਅੱਛਾ ਮੀਨਾ ਅੱਗੇ ਕੀ ਚਾਹੁੰਦੀ ਹੈ ਕਿ ਹੋਰ ਕੀ ਕਰਨਾ ਹੈ ਜਾਂ ਫਿਰ ਬਸ ਬੋਤ ਹੈ ਨਹੀਂ ਨਹੀਂ ਲਾਈਵ ਦੇ ਵਿੱਚ ਵਾਸਤਕ ਇਹਦੀ ਕਹਿਣੀ ਨਹੀਂ ਆ ਰਿਟਾਇਰ ਨਹੀਂ ਹੋਣਾ ਗਦੀ ਵੀ ਸੋ देयर आर ਮੈਨੀ ਪਲਾਨਸ ਮੇਰੀ ਕਾਫੀ ਏਮ ਨੇ ਹਜੇ ਜਿਹੜੀ ਕਿ ਮੈਂ ਨਹੀਂ ਦੱਸਨੇ ਸੀਕ੍ਰੀਟ ਹੈ ਸੀਕ੍ਰੀਟ ਆ ਠੀਕ ਹੈ ਜੀ ਚਲੋ ਅਸੀਂ ਪੁੱਛਦੇ ਵੀ ਨਹੀਂ ਕਿਉਂਕਿ ਅਸੀਂ ਇਹੀ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਕਿ ਰੱਬ ਤੁਹਾਨੂੰ ਹੋਰ ਤਰੱਕੀਆਂ ਦਵੇ ਤੁਸੀਂ ਯੰਗਸਟਰਸ ਦੇ ਲਈ ਐਦਾਂ ਹੀ ਕੰਮ ਕਰਦੇ ਰਹੋ ਮੈਂ ਤੁਹਾਡਾ ਇੰਸਟਾਗ੍ਰam ਸਕਰੋਲ ਕਰ ਰਹੀ ਸੀ ਮੈਂ ਇੰਟਰਵਿਊ ਤੋਂ ਪਹਿਲਾਂ ਮੈਂ ਰੀਲਸ ਦੇਖ ਰਹੀ ਸੀਗੀ ਤੁਸੀਂ ਅਗਰ ਕਿਤੇ ਵੀ ਜਾਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਹਾਂ ਇੱਥੇ ਆ ਗਲਤ ਹੋ ਰਿਹਾ ਹੈ ਤੁਸੀਂ ਉਸੇ ਵਕਤ ਉਸ ਚੀਜ਼ ਤੇ ਐਕਸ਼ਨ ਲੈਂਦੇ ਹੋ ਐਂਡ दैट वाज ਸੋ ਗੁੱਡ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਜਨਨ ਜੀ ਹੋਈ ਬੜਾ ਅੱਛਾ ਪੁਆਇੰਟ ਤੁਸੀਂ ਨੋਟ ਕੀਤਾ ਕਿਉਂਕਿ ਮੈਂ ਜਿੱਥੇ ਵੀ ਜਾਨੀ ਆ ਨਾ ਮੈਂ ਰਸਤੇ ਦੇ ਵਿੱਚ ਜਦੋਂ ਮੈਂ ਡਿਊਟੀ ਜਾਨੀ ਆ ਸੈਮੀਨਾਰਸ ਕਰਨ ਜਾਨੀ ਆ ਮੈਂ ਰਸਤੇ ਦੇ ਦੇਖਦੀ ਆ ਅਗਰ ਕਿਸ ਨੇ ਹੈਲਮਟ ਨਹੀਂ ਪਾਇਆ ਜਾਂ ਫਿਰ ਕੋਈ ਮੈਂ ਦੇਖਦੀ ਆ ਪਿੰਡਾਂ ਦੇ ਵਿੱਚੋਂ ਲੰਘਦੀ ਆ ਕਿ ਪਿੰਡ ਦੇ ਵਿੱਚ ਕੋਈ ਸਿਆਣੀ ਬੈਠੀ ਨਹੀਂ ਬਜ਼ੁਰਗ ਬੈਠੀ ਨਹੀਂ ਮੈਂ ਉਹਨਾਂ ਦੇ ਕੋਲ ਚੱਲੇ ਜਾਣਾ ਜਾਂ ਫਿਰ ਕੋਈ ਮੈਚ ਚੱਲ ਰਿਹਾ ਜਾਂ ਬੱਚੇ ਖੇਡ ਰਹੇ ਮੈਂ ਉਹਨਾਂ ਦੇ ਕੋਲ ਚੱਲੇ ਜਾਣਾ ਸੋ ਮੇਰੀ ਕੋਸ਼ਿਸ਼ ਇਹੀ ਆ ਕਿ ਜਿੰਨਾ ਹੋ ਸਕੇ ਸਾਡੀ ਯੂਥ ਜਿਹੜੀ ਆ ਉਹ ਸਪੋਰਟਸ ਦੇ ਵਿੱਚ ਆਵੇ ਉਹ ਡਰੱਗਸ ਤੋਂ ਦੂਰ ਰਹੇ ਤੇ ਜਿੰਨਾ ਹੋ ਸਕੇ ਸਾਡੇ ਪੰਜਾਬ ਜਿਹੜਾ ਹਰਿਆ ਭਰਿਆ ਰਹੇ ਅੱਛਾ ਘਰ ਨੂੰ ਵੀ ਮੈਨੇਜ ਕਰਨਾ ਡਿਊਟੀ ਵੀ ਕਰ ਪਰਿਵਾਰ ਨੂੰ ਵੀ ਮੈਨੇਜ ਕਰਨਾ ਹੈ ਨਾ ਡਿਊਟੀ ਨੂੰ ਵੀ ਮੈਨੇਜ ਕਰਨਾ ਕਿ ਇਹ ਤਾਂ ਪੋਸਿਬਲ ਹੁੰਦਾ ਹੈ ਕਿ ਉਹ ਲੇਡੀ ਕੋ ਤਾਂ ਇਨੀ ਸ਼ਕਤੀ ਹੁੰਦੀ ਹੈ ਕਿ ਕਰ ਲੈਂਦੀ ਆ ਬਟ ਸਟਿਲ ਕਿਵੇਂ ਪੋਸਿਬਲ ਹੈ ਮੈਂ ਕਹਿੰਨੀ ਆ ਕਿ ਹਰ ਚੀਜ਼ ਦੇ ਵਿੱਚ ਨਾ ਕੁਝ ਨਾ ਕੁਝ ਪੋਜ਼ਿਟਿਵ ਲੱਭਣਾ ਚਾਹੀਦਾ ਆ ਮੈਂ ਸਾਰਾ ਦਿਨ ਥੱਕ ਕੇ ਵੀ ਜਾਨੀ ਆ ਨਾ ਮੈਂ ਮੰਮੀ ਕੋਲ ਜਾ ਕੇ ਬਹਿ ਜਾਨੀ ਆ ਮੈਂ ਘਰ ਦੇਣ ਸਾਰਿਆਂ ਨੂੰ ਇਕੱਠੇ ਕਰਕੇ ਮੈਂ ਸਾਰੇ ਦਿਨ ਦੀ ਜੋ ਵੀ ਗੱਲਬਾਤ ਹੋਣੀ ਹੈ ਮੈਂ ਸਾਰੀ ਦੱਸਣੀ ਆ ਸੋ ਹਰ ਇੱਕ ਚੀਜ਼ ਚ ਪੋਜ਼ਿਟਿਵ ਲੱਭਣਾ ਮਤਲਬ ਮੈਨੂੰ ਆਦਤ ਆ ਕਿ ਮੈਨੂੰ ਲੱਗਦਾ ਕਿ ਮੰਮੀ ਉਹਨਾਂ ਨਾਲ ਗੱਲ ਕਰਕੇ ਬੜੀ ਪੋਜ਼ਿਟਿਵਿਟੀ ਮਿਲਦੀ ਆ ਕਿੱਸਾ ਹੋ ਜਾਵੇ ਫਿਰ ਮੰਮੀ ਦੇ ਨਾਲ ਕਿਵੇਂ ਸ਼ੁਰੂਆਤ ਕੀਤੀ ਨੇ ਗੱਲ ਕਰਦੇ ਹੋ ਮਮਾ ਜੇ ਉਹ ਐ ਕਿਵੇਂ ਕਿਉਂਕਿ ਪੁਲਿਸ ਵਾਲਾ ਹੁੰਦਾ ਕਿ ਰੋਬਦਾਰ ਹਾਂ ਕਿ ਇਹ ਤਾਂ ਮਤਲਬ ਠੀਕ ਹੈ ਇਹ ਤਾਂ ਡੰਡਾ ਚੱਕ ਲੂਗੀ ਨਾ ਜੀ ਨਾ ਅਗਰ ਮੈਂ ਪੁਲਿਸ ਵਾਲਿਆਂ ਦੀ ਪੁਲਿਸ ਵਾਲੀ ਦੀ ਮਾਂ ਐ ਇਹ ਵੀ ਗੱਲ ਉਹ ਮੰਮੀ ਦਾ ਸ਼ੁਰੂ ਤੋਂ ਸਾਡੀ ਘਰ ਦੇ ਵਿੱਚ ਕਾਫੀ ਦਫਕਾ ਰਿਆ ਆ ਔਰ ਈਵਨ ਅੱਜ ਵੀ ਮੈਂ ਬਹੁਤ ਡਰਦੀ ਆ ਮੰਮੀ ਤੋਂ ਔਰ ਕੁਝ ਵੀ ਲਾਈਕ ਮੈਂ ਕੁਝ ਵੀ ਪਾਣਾ ਆ ਕਿਤੇ ਜਾਣਾ ਆ ਮੈਂ ਮੰਮੀ ਨੂੰ ਪਹਿਲਾਂ ਪੁੱਛਦੀ ਆ ਅਗਰ ਮੰਮੀ ਕਹੂਗੇ ਹਾਂ ਤੇ ਫੇਰ ਕਰਨਾ ਅਦਰਵਾਇਜ਼ ਨਹੀਂ ਸੋ ਅੱਜ ਵੀ ਮੰਮੀ ਮੈਨੂੰ ਡਾਂਟ ਲੈਂਦੇ ਨੇ ਅੱਜ ਵੀ ਮੇਰੇ ਕੰਨ ਫੁੱਟ ਲੈਂਦੇ ਨੇ ਔਰ ਇਹ ਸਭ ਤੋਂ ਵੱਡੀ ਚੀਜ਼ ਆ ਮੈਨੂੰ ਲੱਗਦਾ ਹਰ ਇੱਕ ਬੱਚੇ ਨੂੰ ਚਾਹੇ ਉਹ ਕਿੰਨਾ ਮਰਜੀ ਵੱਡਾ ਆਫੀਸਰ ਆ ਉਹ ਆਪਣੀ ਮਾਂ ਬਾਪ ਲਈ ਇੱਕ ਬੱਚਾ ਹੀ ਆ ਸੋ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਅੱਛਾ ਜਦੋਂ ਕਿਤੇ ਬਾਹਰ ਜਾਂਦੇ ਹੋ ਡਿਊਟੀ ਦੇ ਦੌਰਾਨ ਇਹ ਕਈ ਵਾਰ ਹੋਇਆ ਕਿ ਇਦਾਂ ਕਿਸੇ ਨੇ ਡਰ ਕੇ ਉਹਨਾਂ ਕੇ ਹਾਂ ਵੀ ਪੁਲਿਸ ਵਾਲੀ ਆ ਰਹੀ ਹੈ ਕੋਈ ਇਦਾਂ ਦਾ ਕਿੱਸਾ ਹੋਇਆ ਹੋਵੇ ਹਾਂ ਹਾਂਜੀ ਹੁੰਦਾ ਆ ਹੁਣੇ ਹੀ ਮੈਂ ਦੇਖਿਆ ਮੈਂ ਇੰਟਰਵਿਊ ਕਰਨ ਆ ਰਹੀ ਸੀ ਕਿ ਲੜਕੀ ਮੈਨੂੰ ਮਿਲਿਓ ਫੋਟੋ ਕਰਵਾਣੀ ਸੀ ਉਹ ਕੰਮ ਕਰ ਰਹੀ ਸੀ ਸੋ ਅੱਛਾ ਹੁੰਦਾ ਆ ਇਦਾਂ ਕਾਫੀ ਹੁੰਦਾ ਰਹਿੰਦਾ ਪਰ ਜ਼ਿਆਦਾਤਰ ਮੈਨੂੰ ਫੈਨ ਹੀ ਮਿਲਦੇ ਆ ਆ ਕਿਉਂਕਿ ਤੁਹਾਡੀ ਇੱਕ ਗੱਲ ਇਹ ਪਲੱਸ ਪੁਆਇੰਟ ਆ ਕਿਉਂਕਿ ਤੁਸੀਂ ਲੋਕਾਂ ਦੇ ਨਾਲ ਅਟੈਚਮੈਂਟ ਹੈ ਨਾ ਤੇ ਇਸ ਕਰਕੇ ਲੋਕ ਫੜ ਤੋਂ ਘਤਰਾਂਦੇ ਨਹੀਂ ਆ ਹਾਂਜੀ ਤੁਹਾਡੇ ਨਾਲ ਗੱਲ ਕਰਨ ਦੇ ਲਈ ਇਹ ਹੀ ਇੱਕ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ ਇੱਕ ਪੋਜ਼ਿਟਿਵ ਔਰਾ ਹੁੰਦਾ ਲੋ ਤੁਹਾਨੂੰ ਲੋਕਾਂ ਦੇ ਵਿੱਚ ਕਿਉਂਕਿ ਅਕਸਰ ਪੁਲਿਸ ਦਾ ਲੋਕਾਂ ਨੇ ਇਹ ਬਣਾਇਆ ਹੋਇਆ ਹੈ ਕਿ ਯਾਰ ਇਹ ਤਾਂ ਸਾਨੂੰ ਕਹਿ ਦੇਣਗੇ ਕੁਛ ਨਾ ਕੁਛ ਮੋਸਟਲੀ ਇਹ ਹੈ ਬਟ ਤੁਹਾਨੂੰ ਦੇਖ ਕੇ ਇਹ ਚੀਜ਼ ਨਹੀਂ ਲੱਗਦੀ ਲਿਟਰਲੀ ਨਹੀਂ ਲੱਗਦੀ ਕਿ ਹਾਂ ਐਕਚੁਅਲੀ ਪੁਲਿਸ ਦਾ ਸਟਰੋਂਗ ਰਹਿਣਾ ਜਾਂ ਫਿਰ ਬੋਲਡ ਰਹਿਣਾ ਬਹੁਤ ਜ਼ਰੂਰੀ ਆ ਕਿਉਂਕਿ ਅਗਰ ਕੋਈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਸੁਰੱਖਿਤ ਆਪਣੇ ਘਰ ਦੇ ਵਿੱਚ ਉਹ ਪੁਲਿਸ ਦੇ ਕਰਕੇ ਹੀ ਆ ਹਾਂ ਬਿਲਕੁਲ ਬਟ ਮੀਰਾ ਲੋਕਾਂ ਦੇ ਵਿੱਚ ਵਿਚਰਨਾ ਵੀ ਇੱਕ ਕਾਰਨ ਹੈ ਉਹ ਕਾਰਨ ਇਹ ਆ ਕਿ ਮੈਂ ਇੱਕ ਵਰਦੀ ਦਾ ਸੁਨੇਹਾ ਦੇਣਾ ਚਾਹੁੰਦੀ ਆ ਕਿ ਪੰਜਾਬ ਪੁਲਿਸ ਬੱਚਿਆਂ ਦੀ ਦੋਸਤ ਹੈ ਲੜਕੀਆਂ ਲਈ ਲੜਕਿਆਂ ਲਈ ਬਜ਼ੁਰਗਾਂ ਲਈ ਹਮੇਸ਼ਾ ਅਸੀਂ ਹਾਜ਼ਰ ਹਾਂ ਈਵਨ ਸਾਡੀ ਪੰਜਾਬ ਪੁਲਿਸ ਦਾ ਇੱਕ ਟੋਲ ਫ੍ਰੀ ਨੰਬਰ ਵੀ ਆ 112 ਅਤੇ 181 ਜਿਹਦੇ ਵਿੱਚ ਅਸੀਂ ਬੱਚਿਆਂ ਦੀ ਔਰ ਲੜਕੀਆਂ ਦੀ ਮਦਦ ਕਰਦੇ ਆ ਕਿਤੇ ਵੀ ਜ਼ਰੂਰਤ ਹੈ ਵੈਸੇ ਤਾਂ ਪੰਜਾਬ ਪੁਲਿਸ ਦਾ 100 ਨੰਬਰ ਹੈਗਾ ਹੀ ਆ ਸੋ ਜਿਹੜੇ ਮੈਂ ਸੈਮੀਨਾਰਸ ਕਰਦੀਆਂ ਉਹਦੇ ਵਿੱਚ ਮੈਂ ਬੱਚਿਆਂ ਨੂੰ ਜਿਹੜੀ ਯੂਥ ਆ ਉਹਨੂੰ ਮੋਟੀਵੇਟ ਕਰਦੀਆਂ ਇਸ ਕਰਕੇ ਥੋੜਾ ਜ਼ਿਆਦਾ ਫੈਨ ਨੇ ਕਿ ਮੈਂ ਉਹਨਾਂ ਨੂੰ ਸਮਝਾਨੀਆਂ ਬੱਚੇ ਕਿ ਤੁਸੀਂ ਪੜ੍ਹ ਲਿਖ ਕੇ ਕੁਝ ਬਣੋ ਕਿਉਂਕਿ ਸਾਡੀ ਜਿਹੜੀ ਯੂਥ ਆ ਉਹ ਬਾਹਰ ਜ਼ਿਆਦਾ ਜਾ ਰਹੀ ਆ ਫੋਰਨ ਜ਼ਿਆਦਾ ਜਾ ਰਹੀ ਆ ਸੋ ਪੜ੍ਹ ਲਿਖ ਕੇ ਬੱਚੇ ਇੱਥੇ ਬਣੋ ਬਸ ਇਹੀ ਮੇਰਾ ਸੁਨੇਹਾ ਹੁੰਦਾ ਹਰੇਕ ਨੂੰ ਹਾਂਜੀ ਅੱਛਾ ਇਹ ਤੁਹਾਡੀ ਹੁਣ ਡਿਊਟੀ ਕੀ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਹੋ ਥੋੜਾ ਜਿਹਾ ਐਲੈਬੋਰੇਸ਼ਨ ਦੇ ਵਿੱਚ ਚਾਹਾਂਗੀ ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਸਮਝ ਸਕਣ ਕਿ ਐਕਚੁਅਲ ਦੇ ਵਿੱਚ ਮੀਨਾ ਕੇਪਵਾਰ ਹੁਣ ਕਰਦੇ ਕੀ ਉਹਨਾਂ ਦਾ ਕੰਮ ਕੀ ਹੈ ਬਿਲਕੁਲ ਸਹੀ ਗੱਲ ਆ ਸਾਡੀ ਪੰਜਾਬ ਪੁਲਿਸ ਦੇ ਵਿੱਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਬਣਿਆ ਹੋਇਆ ਜਲੰਧਰ ਦਿਹਾਤੀ ਵੱਲੋਂ ਕਿਸੇ ਵੀ ਸਕੂਲ ਨੇ ਜਾਂ ਫਿਰ ਕਿਸੇ ਕਾਲਜ ਨੇ ਕੋਈ ਸੈਮੀਨਾਰ ਕਰਵਾਣਾ ਹੋਵੇ ਜਿਹਦੇ ਵਿੱਚ ਕਿ ਅਸੀਂ ਟ੍ਰੈਫਿਕ ਰੂਲਸ ਦਾ ਜਾਂ ਫਿਰ ਜਿਹੜੇ ਬੱਚੇ ਆ ਸੈਕਸ਼ੂਅਲੀ ਅਬਿਊਜ਼ਮੈਂਟ ਬਹੁਤ ਹੁੰਦੀ ਆ ਬੱਚਿਆਂ ਨੂੰ ਉਹਨਾਂ ਨੂੰ ਮੈਂ ਬੱਚਿਆਂ ਨੂੰ ਜਾਗਰੂਕ ਕਰਦੀ ਆ ਗੁੱਡ ਟੱਚ ਔਰ ਬੈਡ ਟੱਚ ਵਾਰੀ ਤੇ ਉਹ ਜਿਹੜੀ ਸਕੂਲ ਕਾਲਜ ਨੇ ਉਹ ਸਾਨੂੰ ਕੰਟੈਕਟ ਕਰਦੇ ਨੇ ਜਲੰਧਰ ਦਿਹਾਤੀ ਪੁਲਿਸ ਨੂੰ ਕੰਟੈਕਟ ਕਰਦੇ ਨੇ ਔਰ ਅਸੀਂ ਹਰ ਜਗ੍ਹਾ ਜਾ ਕੇ ਉਹਨਾਂ ਦੀ ਸੈਮੀਨਾਰਸ ਕਰਦੇ ਆਂ ਬੱਚਿਆਂ ਨੂੰ ਸਮਝਾਉਂਦੇ ਆਂ ਔਰ ਕਾਫੀ ਸਾਰੇ ਮਤਲਬ ਕੇਸ ਜਿਹੜੇ ਆ ਬੱਚੇ ਜਿਹੜੇ ਆ ਉਹ ਸਾਡੇ ਨਾਲ ਸ਼ੇਅਰ ਵੀ ਕਰਦੇ ਆਂ ਸੋ ਇਸ ਤਰ੍ਹਾਂ ਜਿਹੜੇ ਬੱਚੇ ਆ ਉਹਨਾਂ ਦਾ ਵਰਦੀ ਦਾ ਇੱਕ ਡਰ ਜਿਹੜਾ ਉਹ ਖਤਮ ਵੀ ਹੋ ਰਿਹਾ ਬੱਚਿਆਂ ਦੀ ਪੰਜਾਬ ਪੁਲਿਸ ਦੋਸਤ ਵੀ ਬਣ ਰਹੀ ਆ ਦੋਨੋਂ ਕੰਮ ਹੋ ਰਹੇ ਨੇ ਹਾਂਜੀ ਬਿਲਕੁਲ ਅੱਛਾ ਕਈ ਵਾਰ ਕੀ ਹੁੰਦਾ ਕਿ ਜਦੋਂ ਅਪਨ ਡਿਊਟੀ ਤੇ ਜਾਂਦੇ ਆਂ ਜਾਂ ਸਾਨੂੰ ਕੀ ਹੁੰਦਾ ਹੈ ਕਿ ਕਈ ਵਾਰ ਅਗਰ ਲੇਡੀ ਅਫੀਸਰ ਹੈ ਨਾ ਉਹਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਐਦਾਂ ਦਾ ਕਦੇ ਹੋਇਆ ਹੁ ਅ ਕਦੀ ਵੀ ਨਹੀਂ ਮੈਂ ਜਦੋਂ ਸਟਾਰਟ ਕੀਤਾ ਸੀ ਮੈਂ ਕਾਫੀ ਲੋਕ ਕਹਿੰਦੇ ਹੁੰਦੇ ਸੀ ਪੰਜਾਬ ਪੁਲਿਸ ਲੜਕੀਆਂ ਲਈ ਨਹੀਂ ਬਣੀ ਬਟ ਮੈਂ ਕਹੂੰਗੀ ਬੜੇ ਪ੍ਰਾਊਡ ਨਾਲ ਇਹ ਚੀਜ਼ ਕਹੂੰਗੀ ਕਿ ਜਿੰਨਾ ਪ੍ਰਾਊਡ ਜਿੰਨੀ ਸਿਕਿਉਰਿਟੀ ਜਿੰਨਾ ਮਾਣ ਮੈਨੂੰ ਪੰਜਾਬ ਪੁਲਿਸ ਦੇ ਵਿੱਚ ਆ ਕੇ ਮਿਲਿਆ ਜੇ ਇਸ ਵਰਦੀ ਦੇ ਨਾਲ ਮਿਲਿਆ ਨਾ ਮੈਨੂੰ ਸ਼ਾਇਦ ਕਿਤੇ ਨਹੀਂ ਮਿਲਿਆ ਜਾਂ ਫਿਰ ਮਿਲਣਾ ਨਹੀਂ ਸੀ ਜੇ ਵਰਦੀ ਨਾ ਹੁੰਦੀ ਇਨਫੈਕਟ ਮੀਨਾ ਇਸੇ ਕਰਕੇ ਹੀ ਪਛਾਨੀ ਜਾਂਦੀ ਹੈ ਕਿ ਹਾਂ ਕਿ ਇੱਕ ਪੁਲਿਸ ਵਾਲੀ ਹੈ ਮੈਂ ਜਿਵੇਂ ਇੱਥੇ ਵੀ ਕਿਹਾ ਹੈ ਇਹ ਆਪਣੇ ਇੰਟਰਵਿਊ ਚ ਵੀ ਕਿਹਾ ਕਿ ਇੱਕ ਦਬੰਗ ਪੁਲਿਸ ਵਾਲੀ ਹਾਂ ਆਪਾਂ ਫਿਲਮਾਂ 'ਚ ਦੇਖਦੇ ਹਾਂ ਪਰ ਰੀਅਲ ਲਾਈਫ ਹੀਰੋਜ਼ ਦੀ ਬਹੁਤ ਦਾ ਜ਼ਰੂਰਤ ਹੈ ਸਮਾਜ ਦੇ ਵਿੱਚ ਖਾਸ ਕਰ ਕੁੜੀਆਂ ਨੂੰ ਜੋ ਕਿ ਮੋਟੀਵੇਟ ਕਰ ਸਕੇ ਮੈਂ ਲਿਟਰਲੀ ਇਹ ਮੇਰੇ ਮਨ ਦੇ ਵਿੱਚੋਂ ਇਹ ਗੱਲ ਹੈ ਕਿ ਅੱਜ ਕੱਲ ਰੀਲਸ ਤੱਕ ਸੀਮਿਤ ਨਾ ਰਹੋ ਕਰਨਾ ਹੈ ਕੁਝ ਮਾਪਿਓ ਨੇ ਤੁਹਾਨੂੰ ਪਤਾ ਨਹੀਂ ਕਿੱਦਾਂ ਕਰਕੇ ਤੁਹਾਨੂੰ ਪੜਾਇਆ ਲਿਖਾਇਆ ਹੈ ਜਿਹੜੇ ਮੈਂ ਚਾਹਨੀ ਹੈ ਕਿ ਜਿਹੜੀਆਂ ਕੁੜੀਆਂ ਨਸ਼ੇ ਦੇ ਵਿੱਚ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਉਹ ਈ ਚੀਜ਼ਾਂ ਕਰਨੇ ਚਾਹੀਦੇ ਬਹੁਤ ਅੱਛਾ ਪੁਆਇੰਟ ਹੈ ਐਕਚੁਅਲੀ ਸਾਡੀਆਂ ਲੜਕੀਆਂ ਜਿਹੜੀਆਂ ਨਾ ਮੈਗਨੇਟਿਕ ਚੰਚਲ ਆ ਇਹਨਾਂ ਦਾ ਜਿਹੜਾ ਮਨ ਹੈ ਨਾ ਬੜਾ ਚੰਚਲ ਹੁੰਦਾ ਹੈ ਜਨਨਤ ਜੀ ਸੋ ਅ ਅੱਜਕੱਲ ਫਿਲਮਾਂ 'ਚ ਆਮ ਦਿਖਾਇਆ ਜਾਂਦਾ ਹੈ ਯੂਟਿਊਬ 'ਤੇ ਆਮ ਦਿਖਾਇਆ ਜਾਂਦਾ ਰੀਲਸ 'ਚ ਆਮ ਦਿਖਾਇਆ ਜਾਂਦਾ ਕਿ ਲੜਕੀਆਂ ਜਿਹੜੀਆਂ ਉਹ ਫਿਲਮਾਂ ਦੇ ਵਿੱਚ ਜਾਂ ਫੋਰਨ ਦੇ ਵਿੱਚ ਕੋਈ ਨਸ਼ਾ ਕਰ ਰਹੀਆਂ ਜਾਂ ਸਿਗਰਟ ਪੀ ਰਹੀਆਂ ਇਹ ਚੀਜ਼ਾਂ ਇੱਕ ਨਸ਼ਾ ਜਿਹੜਾ ਫੈਸ਼ਨ ਦੇ ਤੌਰ ਤੇ ਲੈਣਾ ਸ਼ੁਰੂ ਕਰ ਦਿੱਤਾ ਲੜਕੀਆਂ ਨੇ ਖਾਸ ਕਰ ਪਰ ਮੈਂ ਲੜਕੀਆਂ ਨੂੰ ਹੀ ਗੁਜ਼ਾਰਿਸ਼ ਕਰੂੰਗੀ ਕਿ ਤੁਸੀਂ ਆਪਣਾ ਖਰਾਬ ਨਾ ਕਰੋ ਕਿਸੇ ਦੇ ਪਿੱਛੇ ਲੱਗੇ ਜਾਂ ਆਪਣੇ ਰੀਲਸ ਦੇ ਚੱਕਰ ਦੇ ਵਿੱਚ ਐਕਚੁਅਲੀ ਲਾਈਫ ਜਿਹੜੀ ਤੁਹਾਡੀ ਰੀਅਲ ਲਾਈਫ ਆ ਉਹਦੇ ਵਿੱਚ ਆਓ ਔਰ ਲੜਕੀ ਨੂੰ ਖੁਦ ਬੋਲਡ ਹੋਣ ਦੀ ਜ਼ਰੂਰਤ ਹੈ ਚਾਹੇ ਉਹ ਕਿਸੇ ਵੀ ਫੀਲਡ ਚਾਹੇ ਉਹ ਘਰ ਬੈਠੀ ਰੋਟੀਆਂ ਵੀ ਬਣਾ ਰਹੀ ਹੈ ਅਗਰ ਖੁਦ ਚ ਬੋਲਡ ਹੈ ਤੇ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਤੁਹਾਨੂੰ ਲੱਗਦਾ ਕਿ ਫੈਂਸ ਡਿਫੈਂਸ ਦੇ ਲਈ ਲੜਕੀਆਂ ਨੂੰ ਕੁਝ ਕਰਨਾ ਚਾਹੀਦਾ ਬਿਲਕੁਲ ਆਪਣੇ ਆਪ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣਾ ਤੁਸੀਂ ਮੈਂਟਲੀ ਸਟਰੋਂਗ ਹੋ ਜਾਓ ਇਹ ਨਹੀਂ ਸੋਚਣਾ ਕਿ ਲੜਕੀ ਵਿਚਾਰੀ ਹੈ ਲੜਕੀ ਵਿਚਾਰੀ ਕਦੀ ਵੀ ਨਹੀਂ ਹੈ ਬਿਲਕੁਲ ਤੁਸੀਂ 멘ਟਲੀ ਸਟਰੋਂਗ ਹੋ ਤੁਸੀਂ ਫਿਜ਼ੀਕਲੀ ਆਪਣੇ ਆਪ ਸਟਰੋਂਗ ਹੋ ਜਾਣਾ ਹਾਂਜੀ ਅੱਛਾ ਜਦੋਂ ਪਹਿਲੀ ਵਾਰ ਵਰਦੀ ਪਾਈ ਸੀ ਕੀ ਰਿਐਕਸ਼ਨ ਸੀ ਐਂਡ ਜਦੋਂ ਸਿਰ ਤੇ ਟੋਪੀ ਪਾਈ ਕੀ ਮੋਲ ਸੀਗਾ ਉਸ ਵੇਲੇ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਹੀ ਲਾਈਕ ਇਮੋਸ਼ਨਲੀ ਉਹ ਇੱਕ ਟਾਈਮ ਸੀਗਾ ਬਿਕਾਜ਼ ਬਹੁਤ ਮਿਹਨਤ ਕੀਤੀ ਸੀ ਲਾਈਫ ਦੇ ਵਿੱਚ ਔਰ ਮੰਮੀ ਪਾਪਾ ਨੇ ਬਹੁਤ ਮਿਹਨਤ ਕੀਤੀ ਸੀ ਔਰ ਇੱਕ ਸੁਪਨਾ ਸੀ ਕੁਝ ਬਣਨ ਦਾ ਔਰ ਮੈਨੂੰ ਸਭ ਤੋਂ ਵੱਧ ਮੈਂ ਸ਼ੁਕਰ ਕਰ ਰਹੀ ਸੀ ਮਾਪੇ ਦਾ ਔਰ ਉਸ ਪ੍ਰਮਾਤਮਾ ਦਾ ਕਿ ਅੱਜ ਮੈਂ ਆਪਣੇ ਮਾਪੇ ਦਾ ਸੁਪਨਾ ਪੂਰਾ ਕੀਤਾ ਜਿਸ ਦਿਨ ਮੈਂ ਵਰਦੀ ਪਾਈ ਆ ਕਿ ਮੈਂ ਉਹਨਾਂ ਦਾ ਹਾਂਜੀ ਇੱਕ ਫੋਟੋ ਤੁਹਾਡੀ ਬੜੀ ਵਾਇਰਲ ਹੈ ਜਿਹਦੇ ਵਿੱਚ ਤੁਸੀਂ ਸ਼ਾਇਦ ਤੁਹਾਡੇ ਮਦਰ ਨੇ ਉਹ ਤੁਹਾਡੇ ਨਾਲ ਕਿ ਤੁਸੀਂ ਕੈਪ ਪਾਈ ਹੋਈ ਹੈ ਉਹ ਤਾਂ इमोशनल ਜਿਹੀ ਹੈ ਉਹ ਹਾਂਜੀ ਬਿਲਕੁਲ ਮੈਂ ਉਹਨਾਂ ਨਾਲ ਬਹੁਤ ਹਾਸੀਆਂ ਖੇਡੀਆਂ ਕਰਦੀਆਂ ਮੰਮੀ ਪਾਪਾ ਨਾਲ ਜਦੋਂ ਵੀ ਔਰ ਮੈਂ ਮੇਰੀ ਪ੍ਰਮੋਸ਼ਨ ਹੋਈ ਸੀ ਉਸ ਟਾਈਮ ਮੈਂ ਇੰਸਪੈਕਟਰ ਬਣੀ ਸੀ ਔਰ ਮੈਂ ਘਰ ਗਈ ਸੀ ਬੜੀ ਖੁਸ਼ ਸੀ ਲੈਟਰ ਆਈ ਸੀ ਤੇ ਮੈਂ ਜਾ ਕੇ ਮੰਮੀ ਦੇ ਸਿਰ ਤੇ ਫਿਰ ਕੈਪ ਰੱਖ ਦਿੰਦੀ ਕਰਵਾਈ ਔਰ ਉਹਦੀਆਂ ਕਾਫੀ ਪੇਂਟਿੰਗਸ ਬਣਾ ਕੇ ਲੋਕਾਂ ਨੇ ਮੇਰੇ ਘਰ ਵੀ ਭੇਜੀਆਂ ਸੋ ਮੈਂ ਮੰਮੀ ਹੋਣਾ ਕਰਕੇ ਸਭ ਕੁਝ ਆ ਆਪਣੀ ਲਾਈਫ ਦੇ ਵਿੱਚ ਸੋਚੋ ਪਹਿਲਾਂ ਕੀ ਮੈਂ ਲਾਈਫ ਚ ਕਰਨਾ ਕੀ ਆ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਦ ਤੱਕ ਸਾਨੂੰ ਇਹ ਹੀ ਚੀਜ਼ ਨਹੀਂ ਪਤਾ ਕਿ ਮੈਂ ਕਰਨਾ ਕੀ ਆ ਉਦੋਂ ਤੱਕ ਤੁਸੀਂ ਤੁਹਾਡੀ ਪੜ੍ਹਾਈ ਤੁਹਾਡਾ ਜੋ ਵੀ ਤੁਸੀਂ ਕਰ ਰਹੇ ਹੋ ਕੋਰਸ ਕਰ ਰਹੇ ਹੋ ਉਹ ਸਾਰਾ ਕੁਝ ਵੇਸਟ ਆ ਬਿਲਕੁਲ ਪਹਿਲਾਂ ਲਾਈਫ ਚ ਇੱਕ ਏਮ ਸੋਚੋ ਕੀ ਕਰਨਾ ਕੀ ਆ ਉਸੀ ਇਮਤੀ ਕੰਮ ਕਰੋ ਕਹਿੰਦੇ ਹੁੰਦੇ ਨਾ ਮੰਜ਼ਿਲ ਨੂੰ ਮਿੱਥ ਲਓ ਜਿਹੜੇ ਰਸਤੇ ਦੇ ਵਿੱਚ ਔਕੜਾਂ ਆਉਂਦੀਆਂ ਉਹ ਸਾਨੂੰ ਪਤਾ ਵੀ ਨਹੀਂ ਚਲਦੀਆਂ ਸੋ ਸਭ ਤੋਂ ਪਹਿਲਾਂ ਮੰਜ਼ਿਲ ਮਿੱਥਣ ਦੀ ਜ਼ਰੂਰਤ ਹੈ ਬਿਲਕੁਲ ਸਹੀ ਗੱਲ ਹੈ ਧੰਨਵਾਦ ਤੁਹਾਡਾ ਤੇ ਜੋ ਵੀ ਇਸ ਇੰਟਰਵਿਊ ਨੂੰ ਦੇਖ ਰਿਹਾ ਹੈ ਮੈਂ ਉਹਨਾਂ ਨੂੰ ਸਿਰਫ ਇੱਕ ਹੀ ਗੱਲ ਕਹਿਣਾ ਚਾਹੁੰਗੀ ਕਿਉਂਕਿ ਸਾਰੀਆਂ ਗੱਲਾਂ ਮੇਰੇ ਕੋਲ ਸ਼ਬਦ ਖਤਮ ਹੋ ਗਏ ਸਾਰੀਆਂ ਗੱਲਾਂ ਕਿਉਂਕਿ ਜਿੰਨ ਇਹੀ ਕਹਤਾ ਕਿ ਮਾਂ ਇੱਕ ਸਪੋਰਟ ਸਿਸਟਮ ਹੈ ਤਾਂ ਤਾਂ ਮਾਂ ਤੋਂ ਵੱਧ ਮੈਂ ਕੁਝ ਨਹੀਂ ਬੋਲ ਸਕਦੀ ਜੇਕਰ ਤੁਸੀਂ ਵੀ ਇਸ ਇੰਟਰਵਿਊ ਨੂੰ ਦੇਖ ਰਹੇ ਹੋ ਤਾਂ ਇਸ ਤੋਂ ਜੋ ਗੱਲਾਂ ਸਿੱਖਣ ਵਾਲੀਆਂ ਨੇ ਨਾ ਉਹ ਸਿੱਖੋ ਜੇ ਤੁਸੀਂ ਫੇਮ ਜਾਂ ਪੈਸੇ ਦੇ ਪਿੱਛੇ ਦੌੜ ਰਹੇ ਹੋ ਤਾਂ ਕੁਝ ਅਜੀਹਾ ਕਰੋ ਤਾਂਕਿ ਤੁਹਾਡੇ ਪਿੱਛੇ ਫੇਮ ਆਵੇ ਤੇ ਤੁਹਾਡੇ ਪਿੱਛੇ ਪੈਸਾ ਆਵੇ ਬਹੁਤ-ਬਹੁਤ ਧੰਨਵਾਦ